ਲੁਧਿਆਣਾ ਦੇ ਢੰਡਾਰੀ ਕਲਾਂ ਨੇੜੇ ਇੱਕ ਬਰਾਤ ਵਾਲੀ ਗੱਡੀ ਦੀ ਕੰਬਾਈਨ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਲਾੜੀ ਸਣੇ 4 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਲਾੜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਲੁਧਿਆਣਾ ਦੇ SPS ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਬਰਾਤ ਹਰਿਆਣਾ ਦੇ ਜਮੁਨਾ ਨਗਰ ਤੋਂ ਲੁਧਿਆਣਾ ਦੇ ਟਿੱਬਾ ਰੋਡ ਵਾਪਸ ਆ ਰਹੀ ਸੀ, ਪਰ ਰਾਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। 3 ਜ਼ਖਮੀਆਂ ਦੇ ਵਿੱਚ ਕੰਬਾਈਨ ਦਾ ਡਰਾਈਵਰ ਵੀ ਸ਼ਾਮਲ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਉੱਧਰ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਸਵੇਰੇ 5 ਵਜੇ ਬਰਾਤ ਲੈ ਕੇ ਜਮੁਨਾ ਨਗਰ ਜਗਾਦਰੀ ਤੋਂ ਲੁਧਿਆਣਾ ਲਈ ਨਿਕਲੇ ਸਨ, ਪਰ ਰਸਤੇ ਵਿੱਚ ਇੱਕਦਮ ਕੰਬਾਈਨ ਵਾਲੇ ਨੇ ਮੋੜ ਕੱਢ ਦਿੱਤਾ ਅਤੇ ਉਹਨਾਂ ਦੀ ਕਾਰ ਕੰਬਾਈਨ ਦੇ ਪਿੱਛੇ ਜਾ ਕੇ ਵੱਜੀ, ਜਿਸ ਨਾਲ ਇਹ ਹਾਦਸਾ ਵਾਪਰ ਗਿਆ। ਲੁਧਿਆਣਾ ਟਿੱਬਾ ਰੋਡ ਗੁਲਾਬੀ ਬਾਗ ਤੋਂ ਇੱਕ ਬਰਾਤ ਕੱਲ੍ਹ ਸ਼ਾਮ ਨੂੰ ਗਈ ਸੀ ਜਗਾਦਰੀ। ਜਗਾਦਰੀ ਤੋਂ ਵਿਆਹ ਹੋਣ ਤੋਂ ਬਾਅਦ ਦੁਲਹਨ ਨੂੰ ਲੈ ਕੇ ਲੁਧਿਆਣੇ ਵਾਸਤੇ ਵਾਪਸ ਤੁਰੇ। ਇਹ ਤਕਰੀਬਨ ਸਵੇਰ ਦਾ ਟਾਈਮ ਹੋਣਾ 5 ਵਜੇ ਦਾ। 7:30 ਵਜੇ ਆ ਕੇ ਢੰਡਾਰੀ ਦੇ ਲਾਗੇ ਇੱਕ ਕੰਬਾਈਨ ਨੇ ਅਚਾਨਕ ਸਾਈਡ ਮੋੜ ਲਈ, ਉਹਦੇ ਪਿੱਛੇ ਜਾ ਕੇ ਬੋਲੈਰੋ ਗੱਡੀ ਲੱਗੀ, ਜਿਹਦੇ ਵਿੱਚ 4 ਜਿਹੜੇ ਪਰਿਵਾਰ ਦੇ ਮੈਂਬਰ ਸੀਗੇ ਉਹ ਪੂਰੇ ਹੋ ਚੁੱਕੇ ਹੈ ਅਤੇ 2 ਸੀਰੀਅਸ ਹੈ। ਇੱਕ ਤਾਂ ਦੁਲਹਨ ਹੈ, ਇੱਕ ਉਹਦੀ ਛੋਟੀ ਸਿਸਟਰ ਹੈ ਅਤੇ 2 ਉਹਦੀ ਜਠਾਣੀ ਹੈ। ਇੱਕ ਜਿਹੜਾ ਗਾੜੀ ਚਲਾ ਰਿਹਾ ਸੀ ਪਰਿਵਾਰ ਦਾ, ਉਹ ਪਰਿਵਾਰ ਦਾ ਹੀ ਸੀਗਾ। 6 ਵਜੇ ਇਹ ਜਿਹੜਾ ਕੰਬਾਈਨ ਸੀਗਾ ਜੀ, ਕੰਬਾਈਨ ਇੱਕਦਮ ਹੀ ਸਾਈਡ ਮੋੜ ਕੇ ਲੈ ਗਿਆ ਉਹ, ਤਾਂ ਉਹਦੇ ਵਿੱਚ ਜਾ ਕੇ ਬੱਚੀ। ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ TV।